ਸਸਿਕਾਲ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ। ਦੋਸਤੋ ਤੁਸੀਂ ਕਾਫੀ ਲੰਬੇ ਸਮੇਂ ਤੋਂ ਫਰਮਾਇਸ਼ ਕਰ ਰਹੇ ਸੀ ਕਿ ਕਮੇਡੀ ਨਾਈਟਸ ਵਿਦ ਕਪਲ ਵਿੱਚ ਭੂਆ ਦਾ ਰੋਲ ਕਰਨ ਵਾਲੇ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਹਿੰਦੀ ਪੰਜਾਬੀ ਫਿਲਮਾਂ ਵਿੱਚ ਤੇ ਸੀਰੀਅਲਸ ਵਿੱਚ ਕੰਮ ਕਰਨ ਵਾਲੇ ਨਾਮਵਰ ਪੋਲੀਵੁੱਡ ਤੇ ਬਾਲੀਵੁੱਡ ਐਕਟਰੈਸ ਤੇ ਕਮੇਡੀਅਨ ਉਪਾਸਨਾ ਸਿੰਘ ਜੀ ਦੀ ਬਾਇਓਗ੍ਰਾਫੀ ਜ਼ਰੂਰ ਬਣਾਓ। ਸੋ ਤੁਹਾਡੇ ਸਾਰਿਆਂ ਦੀ ਫਰਮਾਇਸ਼ ਤੇ ਨਾਮਵਰ ਐਕਟਰੈਸ ਉਪਾਸਨਾ ਸਿੰਘ ਜੀ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ। ਸੋ ਉਪਾਸਨਾ ਸਿੰਘ ਜੀ ਦੇ ਆਪਾਂ ਅੱਜ ਜੀਵਨ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਕਰੀਅਰ ਤੇ ਸੰਘਰਸ਼ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ। ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਆਪਣਾ ਚੈਨਲ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਬਾਇਓਗ੍ਰਾਫੀ ਵੀਡੀਓਜ਼ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਓ। ਸੋ ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਉਪਾਸਨਾ ਸਿੰਘ ਜੀ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ। ਉਪਾਸਨਾ ਸਿੰਘ ਦਾ ਜਨਮ 29 ਜੂਨ 1964 ਨੂੰ ਜ਼ਿਲ੍ਹਾ ਨਵਾਂਸ਼ਹਿਰ ਪੰਜਾਬ ਵਿਖੇ ਹੋਇਆ। ਉਹਨਾਂ ਨੂੰ ਬਚਪਨ ਤੋਂ ਹੀ ਕਾਮੇਡੀ ਤੇ ਐਕਟਿੰਗ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਜਿਸ ਸਮੇਂ ਉਹ ਆਪਣੇ ਕਾਲਜ ਵਿੱਚ ਸੀ ਤਾਂ ਉਹ ਅਕਸਰ ਹੀ ਜੋ ਕਲਚਰਲ ਪ੍ਰੋਗਰਾਮ ਹੁੰਦੇ ਸੀ ਉਹਨਾਂ ਵਿੱਚ ਭਾਗ ਲੈਂਦੇ ਰਹਿੰਦੇ ਸੀ ਤੇ ਉਹਨਾਂ ਨੇ ਆਪਣੇ ਕਾਲਜ ਸਮੇਂ ਬਲੱਡ ਵੈਡਿੰਗ ਇੱਕ ਜੋ ਪਲੇ ਸੀ ਉਸ ਵਿੱਚ ਵੀ ਭਾਗ ਲਿਆ ਤੇ ਉਹਨਾਂ ਦੀ ਐਕਟਿੰਗ ਨੂੰ ਉੱਥੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਨਾਲ ਉਹਨਾਂ ਦਾ ਐਕਟਿੰਗ ਪ੍ਰਤੀ ਰੁਝਾਨ ਹੋਰ ਵੀ ਵੱਧ ਗਿਆ। ਇੰਡਸਟਰੀ ਵਿੱਚ ਆਪਣਾ ਨਾਮ ਬਣਾਉਣ ਲਈ ਉਪਾਸਨਾ ਸਿੰਘ ਨੇ ਦਿਨ ਰਾਤ ਬਹੁਤ ਜ਼ਿਆਦਾ ਮਿਹਨਤ ਤੇ ਸੰਘਰਸ਼ ਕੀਤਾ ਤੇ ਸੰਨ 1986 ਵਿੱਚ ਉਹਨਾਂ ਦੇ ਸੁਪਨੇ ਸਾਕਾਰ ਹੋਣੇ ਸ਼ੁਰੂ ਹੋਏ ਜਦੋਂ ਉਹਨਾਂ ਦੀ ਪਹਿਲੀ ਹਿੰਦੀ ਫਿਲਮ ਆਈ ਬਾਬੁਲ ਤੇ ਇਸ ਤੋਂ ਬਾਅਦ ਸੰਨ 1997 ਵਿੱਚ ਉਹਨਾਂ ਦੀ ਫਿਲਮ ਆਈ ਜੁਦਾਈ ਜਿਸ ਵਿੱਚ ਉਹਨਾਂ ਦੇ ਰੋਲ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਕਈ ਹਿੰਦੀ ਸੀਰੀਅਲ ਵਿੱਚ ਵੀ ਕੰਮ ਕੀਤਾ ਜਿਵੇਂ ਸੋਨ ਪਰੀ। ਇਹ ਸੀਰੀਅਲ ਵਿੱਚ ਉਹਨਾਂ ਦਾ ਨੈਗੇਟਿਵ ਰੋਲ ਸੀ ਤੇ ਕਾਲੀ ਪਰੀ ਦਾ ਜੋ ਰੋਲ ਉਹਨਾਂ ਨੇ ਨਿਭਾਇਆ ਉਸਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਇਸ ਤੋਂ ਬਿਨਾਂ ਟੀਵੀ ਸੀਰੀਜ਼ ਫਿਰ ਵੀ ਦਿਲ ਹੈ ਹਿੰਦੁਸਤਾਨੀ ਉਸ ਵਿੱਚ ਵੀ ਉਹਨਾਂ ਦੀ ਜੋ ਐਕਟਿੰਗ ਆ ਬਹੁਤ ਜ਼ਿਆਦਾ ਪਸੰਦ ਕੀਤੀ ਗਈ। ਤਮੰਨਾ ਹਾਊਸ ਜੀ ਥ੍ਰਿਲਰ ਸ਼ੋਅ ਸੀ ਉਹ ਵੀ ਬਹੁਤ ਜ਼ਿਆਦਾ ਲਾਈਕ ਕੀਤਾ ਗਿਆ। ਇਸ ਦੇ ਨਾਲ ਹੀ ਜੋ ਕਾਮੇਡੀ ਨਾਈਟਸ ਵਿਦ ਕਪਲ ਵਿੱਚ ਉਹਨਾਂ ਨੇ ਭੂਆ ਦਾ ਰੋਲ ਨਿਭਾਇਆ ਉਹ ਪੂਰੀ ਦੁਨੀਆ ਵਿੱਚ ਹੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਤੇ ਇਸ ਦੇ ਨਾਲ ਉਹਨਾਂ ਨੂੰ ਇੱਕ ਵੱਖਰੀ ਪਹਿਚਾਣ ਮਿਲੀ ਕਿਉਂਕਿ ਪੰਜਾਬੀ ਤੇ ਹਿੰਦੀ ਫਿਲਮਾਂ ਦੇ ਨਾਲ ਨਾਲ ਜਦੋਂ ਉਹਨਾਂ ਨੇ ਇਸ ਸ਼ੋਅ ਵਿੱਚ ਕੰਮ ਕੀਤਾ ਕਾਮੇਡੀ ਨਾਈਟਸ ਵਿਦ ਕਪਲ, ਇਸ ਵਿੱਚ ਉਹਨਾਂ ਨੇ ਜੋ ਕਾਮੇਡੀ ਕੀਤੀ ਇਸ ਨਾਲ ਉਹਨਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਤੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ। ਹੁਣ ਤੱਕ ਉਪਾਸਨਾ ਸਿੰਘ ਜੀ ਬਹੁਤ ਸਾਰੀਆਂ ਬਾਲੀਵੁੱਡ, ਪੰਜਾਬੀ, ਭੋਜਪੁਰੀ, ਰਾਜਸਥਾਨੀ ਤੇ ਗੁਜਰਾਤੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਆ। ਇਸ ਦੇ ਨਾਲ ਵੱਡੀ ਗੱਲ ਇਹ ਵੀ ਹੈ ਕਿ ਲੋਕਡਾਊਨ ਦੌਰਾਨ ਉਹਨਾਂ ਦੇ 7 ਸੀਰੀਅਲ ਆ ਜੋ ਉਹ ਰੀਟੈਲੀਕਾਸਟ ਹੋਏ ਜੋ ਕਿ ਉਹਨਾਂ ਲਈ ਬਹੁਤ ਹੀ ਮਾਣ ਦੀ ਗੱਲ ਆ। ਤੇ ਜੇਕਰ ਆਪਾਂ ਉਪਾਸਨਾ ਸਿੰਘ ਜੀ ਦੀਆਂ ਕੁਝ ਹਿੰਦੀ ਫਿਲਮਾਂ ਦੀ ਗੱਲ ਕਰੀਏ ਜਿਸ ਵਿੱਚ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਤਾਂ ਉਹਨੇ ਡਰ, ਜਵਾਨੀ ਜ਼ਿੰਦਾਬਾਦ, ਲੋਫਰ, ਮੈਂ ਪ੍ਰੇਮ ਕੀ ਦੀਵਾਨੀ ਹੂੰ, ਮੁਝਸੇ ਸ਼ਾਦੀ ਕਰੋਗੀ, ਇਤਰਾਜ਼, ਗੋਲਮਾਲ ਰਿਟਰਨਸ ਤੇ ਹੰਗਾਮਾ। ਤੇ ਇਸ ਤੋਂ ਬਿਨਾਂ ਪੰਜਾਬੀ ਫਿਲਮਾਂ ਵਿੱਚ ਵੀ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਜਿਵੇਂ ਨੌਕਰ ਵੋਟੀ ਦਾ ਵਿੱਚ ਉਹਨਾਂ ਦਾ ਬਹੁਤ ਵਧੀਆ ਰੋਲ ਸੀ, ਕਿੱਟੀ ਪਾਰਟੀ, ਕੈਰੀ ਆਨ ਜੱਟਾ। ਤੇ ਇਸ ਤੋਂ ਬਿਨਾਂ ਵੀ ਉਹਨਾਂ ਦੀਆਂ ਫਿਲਮਾਂ ਤੇ ਨਾਟਕਾਂ ਦੀ ਗਿਣਤੀ ਬਹੁਤ ਜ਼ਿਆਦਾ ਲੰਬੀ ਆ। ਸੋ ਦੋਸਤੋ ਜੇਕਰ ਆਪਾਂ ਉਹਨਾਂ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਹੋਇਆ ਨਾਮਵਰ ਐਕਟਰ ਨੀਰਜ ਭਾਰਦਵਾਜ ਨਾਲ ਤੇ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਸਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਹੈ ਨਾਨਕ ਜੋ ਕਿ ਖੁਦ ਵੀ ਬਹੁਤ ਹੀ ਵਧੀਆ ਐਕਟਰ ਤੇ ਡਾਂਸਰ ਆ। ਸੋ ਉਹਨਾਂ ਦੀ ਬਹੁਤ ਜਲਦ ਫਿਲਮ ਵੀ ਆਉਣ ਵਾਲੀ ਆ ਬਾਈ ਜੀ ਕੁੱਟਣਗੇ, ਇਸ ਵਿੱਚ ਉਹਨਾਂ ਨਾਲ ਦੇਵ ਖਰੌੜ ਤੇ ਹੋਰ ਵੀ ਕਈ ਨਾਮੀ ਸਿਤਾਰੇ ਨਜ਼ਰ ਆਉਣਗੇ। ਇਸ ਤੋਂ ਬਿਨਾਂ ਉਪਾਸਨਾ ਸਿੰਘ ਦੇ ਸਪੁੱਤਰ ਨਾਨਕ ਦੀ ਪਹਿਲਾਂ ਵੀ ਇੱਕ ਫਿਲਮ ਆ ਚੁੱਕੀ ਹੈ ਜਿਸ ਨੂੰ ਖੁਦ ਹੀ ਉਪਾਸਨਾ ਸਿੰਘ ਜੀ ਵੱਲੋਂ ਪ੍ਰੋਡਿਊਸ ਕੀਤਾ ਗਿਆ ਸੀ। ਫਿਲਮ ਦਾ ਨਾਂ ਸੀ ਯਾਰਾਂ ਦੀਆਂ ਪੌਂ 12। ਸੋ ਇਹ ਫਿਲਮ ਵੀ ਕਾਫੀ ਜ਼ਿਆਦਾ ਲੋਕਾਂ ਵੱਲੋਂ ਪਸੰਦ ਕੀਤੀ ਗਈ ਸੀ। ਜੇਕਰ ਆਪਾਂ ਉਪਾਸਨਾ ਸਿੰਘ ਜੀ ਵੱਲੋਂ ਜਿੱਤੇ ਹੋਏ ਅਵਾਰਡਸ ਦੀ ਗੱਲ ਕਰੀਏ ਤਾਂ ਉਸ ਦੀ ਲਿਸਟ ਬਹੁਤ ਲੰਬੀ ਆ। ਉਹ ਆਪਣੇ ਜੀਵਨ ਵਿੱਚ ਅਨੇਕਾਂ ਹੀ ਮਾਣ ਸਨਮਾਨ ਹਾਸਲ ਕਰ ਚੁੱਕੇ ਆ ਤੇ ਬਹੁਤ ਸਾਰੇ ਅਵਾਰਡ ਜਿੱਤ ਚੁੱਕੇ ਆ। ਅੱਜ ਕੱਲ੍ਹ ਜਿਵੇਂ ਆਪਾਂ ਜਾਣਦੇ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਸੋ ਉਪਾਸਨਾ ਸਿੰਘ ਜੀ ਵੀ ਅਕਸਰ ਹੀ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਆਪਣੀ ਵੀਡੀਓ ਸ਼ੇਅਰ ਕਰਦੇ ਰਹਿੰਦੇ ਜਿਸ ਨਾਲ ਉਹ ਲੋਕਾਂ ਦਾ ਖੂਬ ਮਨੋਰੰਜਨ ਕਰਦੇ ਆ। ਤੇ ਪਿਛਲੀ ਦਿਨੀ ਉਹਨਾਂ ਨੇ ਆਪਣੇ ਘਰ ਦਾ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਉਹਨਾਂ ਨੇ ਆਪਣੀ ਜੋ ਪਰਸਨਲ ਲਾਈਫ ਨਾਲ ਸੰਬੰਧਿਤ ਕਿਸ ਤਰ੍ਹਾਂ ਉਹ ਘਰ ਵਿੱਚ ਰਹਿੰਦੇ ਆ ਪੂਰੇ ਘਰ ਦਾ ਹਾਊਸ ਟੂਰ ਕੀਤਾ। ਸੋ ਆਓ ਆਪਾਂ ਸਭ ਤੋਂ ਪਹਿਲਾਂ ਉਹ ਕਲਿੱਪ ਵੀ ਦੇਖ ਲੈਂਦੇ ਆ। ਹੈਲੋ ਫਰੈਂਡਸ, ਆਪ ਲੋਕ ਸੋਚ ਰਹੇ ਹੋਣਗੇ ਕਿ ਮੈਂ ਕੌਨ ਸੀ ਜਗ੍ਹਾ ਪੇ ਹੂੰ, ਤੋ ਇਹ ਵੋ ਜਗ੍ਹਾ ਹੈ ਜਹਾਂ ਪੇ ਪਿਛਲੇ 1.5 ਮਹੀਨੇ ਸੇ ਮੈਂ ਰਹਿ ਰਹੀ ਹੂੰ। ਇਹ ਹੈ ਹਮਾਰਾ ਛੋਟਾ ਸਾ ਫਾਰਮ ਹਾਊਸ, ਦੇਖੀਏ ਇਹ ਹੈ ਹਮਾਰਾ ਬੰਗਲੋ, ਬਹੁਤ ਹੀ ਪਿਆਰਾ ਛੋਟਾ ਸਾ ਕਿਊਟ ਬੰਗਲੋ ਹੈ ਹਮਾਰਾ, ਔਰ ਇਹ ਹਮਾਰਾ ਇੱਕ ਪਿਆਰਾ ਸਾ ਗਾਰਡਨ ਛੋਟੂ ਸਾ, ਔਰ ਇਹ ਹਮਾਰੇ ਪਾਸ ਇੱਕ ਨਕਲੀ ਕੂਆਂ ਵੀ ਹੈ, ਨਕਲੀ ਕੂਆਂ, ਇਹ ਦੇਖੋ ਪਾਣੀ ਨਹੀਂ ਹੈ, ਇਸਕਾ ਜੋ ਪਾਣੀ ਹੈ ਇਹ ਪੌਦੋ ਕੋ ਦੇਣੇ ਕੇ ਕਾਮ ਆਤਾ ਹੈ, ਇਹ ਇਸਕੇ ਅੰਦਰ ਇਹ ਮੋਟਰ ਲਗੀ ਹੋਈ ਹੈ, ਆਈਏ
अब मैं आपको एक बहुत ही खूबसूरत जगह पे लेके जा रही हूँ। ये देखिए, ये है हमारी डक्स, बहुत ही प्यारी डक्स। और ये इनका स्विमिंग पूल है जहाँ पे ये नहाती है। आइए आपको अंदर लेके चलता हूँ। ये बहुत ही अच्छा डांस करती है। और सिर्फ डक्स ही नहीं है हमारे पास, ये इधर दिन का खाना है। आइए आपको एक और जगह दिखा रहा हूँ। आइए, ये है हमारे बहुत से मुर्गे मुर्गी। और इधर देखिए, ये हमारे पास एक वाइट रैबिट है। हेलो बेटा, वो खाना खा रहा है। और एक उधर भी है, ब्लैक एंड व्हाइट रैबिट। हेलो, कैसा लग रहा है आपको? आइए, दरवाजा बंद कर दूंगी। ये हो गया दरवाजा बंद। आइए, आइए अब हम आपको एक और बहुत ही खूबसूरत जगह पर लेके जा रहे हैं। ये है हमारा ट्रैक्टर। ये देखिए, ये है हमारे पास तीन गायें और एक है भैंस। ये सोच रही है कि शायद हम इन्हें खाना खिलाने लाए हैं। तो यहाँ पे जो है इनका खाना जो है भी मशीन है जिस खाना कुतरी दासी है ना। और इधर है कि साड़ी जी बहुत सारे खेत। सोने लग रहे हैं ना? और उनको एक खास चीज दिखानी है। देखिए, ये है हमारा चूल्हा जहाँ पे खाना बनता है। भी यहाँ खाना नहीं बनता, खाना अंदर बनता है। लेकिन बहुत से लोगों ने ऐसा देखा नहीं होगा कि चूल्हे पे पहले खाना बनाया जाता था और ये जो ऊपर है मट्टी के, ये इनमें साग बनाया जाता था। मुझे उम्मीद है आपको ये सब बहुत अच्छा लगा होगा। लव यू। दोस्तों, जिवें तुसीं वीडियो देखी जिस विच उपासना सिंह ने अपना पूरा घर दिखाया, तो नाल दी नाल उन्होंने दिखाया कि किस तरह उन्होंने नेचर नाल किन्ना प्यार आ, वह कुदरत दे नेड़े रहना बहुत ज़्यादा पसंद करते आ। सो दोस्तों, आपां वाहिगुरु जी अगे अरदास करांगे कि उपासना सिंह इस तरह खुश रहन, लोगों नूं खूब हसाउंदे रहन, अपने चुटकले अपनी एक्टिंग नाल मनोरंजन करते रहन। सो मैनूं उम्मीद आ कि तुहानूं उपासना सिंह जी की बायोग्राफी वीडियो वधिया लगी होगी। जेकर वीडियो वधिया लगी तां वीडियो नूं लाइक जरूर करो, ते नाल दी नाल कमेंटां विच इह जरूर दस्सिओ कि तुहानूं उपासना सिंह दी कीहड़ी फिल्म पसंद आ, किस सीरीयल विच उन्हां वल्लों कीता रोल पसंद आ, ते नाल दी नाल जो भूआ दा रोल आ उन्हां दा तुहाडा किहड़ा फेवरेट डायलॉग आ उह वी जरूर तुसीं दस्सिओ। ते इस वीडियो नूं वध तों वध शेयर जरूर कर दिओ तां जो वध तों वध लोग उपासना सिंह जी दे जीवन ते संघर्ष बारे जाण सकन। होर ताज़ा अपडेट्स लई अपने चैनल नूं जरूर सबसक्राइब कर लो, ते नाल आ रहे बैल दे बटन ते क्लिक कर दिओ तां जो अपनी हर एक वीडियो तुहाडे तक सब तों पहलां पहुँच सके। सो जी, इन्हें शब्दां नाल लैने आ जी, तो मिलदे आ किसी होर वीडियो नाल। सति श्री अकाल जी।